ਕੰਮ ਕੇ ਜੀ ਪਿੱਛੋਂ ਆਏ ਤਾਂ ਕਿਸ ਕੰਮ ਲਈ ਗੁਰਦੁਆਰਾ ਸਾਹਿਬ ਮਿਲ ਰਿਹਾ? ਮੇਰਾ ਨਾਮ ਸਵਰਨ ਕੌਰ ਹੈ ਜੀ, ਬੰਗਾ ਸਾਹਿਬ 'ਤੇ ਆਏ ਹਾਂ ਜੀ। ਅਸੀਂ ਕੰਸ਼ੀ ਰਾਮ ਜੀ ਮੇਰੇ ਭਰਾ ਤੇ ਜੀ, ਬੜੇ ਭਾਈ ਤੇ ਵਾਸਤੇ, ਅਤੇ ਉਸਦੇ ਭਾਰਤ ਰਤਨ ਵਾਸਤੇ ਮੰਗ ਪੱਤਰ ਦੇ ਕੇ ਚੱਲੇ ਹਾਂ ਜੀ। ਅਤੇ ਕੀ ਗੁਰਦੁਆਰਾ ਸਾਹਿਬ ਨੇ ਕੀ ਕਿਹਾ ਜੀ? ਦੇਖੋ ਅਸੀਂ ਮੰਗ ਪੱਤਰ ਦੇ ਆਏ, ਉਹ ਹੁਣ ਅੱਗੇ ਗੱਲ ਉੱਤੇ ਆਏਗਾ। ਤੁਹਾਡੀ ਕਿੰਨੀ ਦੇਰ ਤੋਂ ਮੰਗ ਹੈ ਇਸ ਬਾਰੇ? ਇੱਕ ਦੋ ਵਾਰ ਪਹਿਲਾਂ ਵੀ ਮੰਗ ਪੱਤਰ ਦਿੱਤਾ ਤਾ ਜੀ, ਪਰ ਕੋਈ ਹਜੇ ਜਵਾਬ ਨਹੀਂ ਮਿਲਿਆ ਕਿ ਹੁਣ ਅਸੀਂ ਫੇਰ ਦੇ ਕੇ ਚੱਲੇ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਹੋਰ ਅਫਸਰਾਂ ਨੂੰ ਮਿਲੇ ਹੋ ਇਸ ਬਾਰੇ? ਨਹੀਂ ਜੀ, ਮੁੱਖ ਮੰਤਰੀ ਨੂੰ ਨਹੀਂ ਮਿਲੇ। ਅਜੇ ਤਾਂ ਕੋਈ ਨਹੀਂ ਜੀ ਹੈਗਾ ਸੋਚਿਆ ਜੀ ਕਦੇ। ਤੁਹਾਨੂੰ ਉਮੀਦ ਹੈ ਕਿ ਚਲੋ ਤੁਹਾਡੀ ਮੰਗ ਪੂਰੀ ਹੋਵੇਗੀ? ਦੇਖੋ ਇਹ ਤਾਂ ਹੁਣ ਸਰਕਾਰਾਂ ਦੇ ਹੱਥ ਵਿੱਚ ਹੁੰਦਾ, ਸਾਡਾ ਜੋ ਜਿਹੜਾ ਸਾਡਾ ਫਰਜ਼ ਹੈ ਅਸੀਂ ਉਹ ਕਰ ਰਹੇ ਹਾਂ। ਦੇਣ ਜਾਂ ਨਾ ਦੇਣ ਤਾਂ ਸਰਕਾਰਾਂ ਦੀ ਮਰਜ਼ੀ ਹੁੰਦੀ ਹੈ ਜੀ, ਪਰ ਜੋ ਸਾਡਾ ਫਰਜ਼ ਹੈ ਅਸੀਂ ਉਹ ਇਸ ਕਰਕੇ ਮੰਗ ਪੱਤਰ ਦਿੱਤਾ ਕਿ ਮੇਰੇ ਵੀਰ ਜੀ ਨੇ ਸਾਰੀ ਜ਼ਿੰਦਗੀ ਦਲਿਤ ਸਮਾਜ ਵਾਸਤੇ, ਗਰੀਬਾਂ ਪਛੜਿਆਂ ਵਾਸਤੇ ਲਾਈ ਆ, ਅਤੇ ਆਪਣਾ ਕੁਛ ਬਣਾਇਆ ਨਹੀਂ ਹੈ। ਇਸ ਕਰਕੇ ਜੇ ਹੋਰ ਨਹੀਂ ਕੁਛ ਸਰਕਾਰਾਂ ਕਰ ਸਕਦੀਆਂ ਤਾਂ ਉਸਨੂੰ ਭਾਰਤ ਰਤਨ ਦੀ ਮੰਗ ਅਸੀਂ ਤਾਂ ਕਰੀ ਆ ਕਿ ਅਸੀਂ ਭਾਰਤ ਰਤਨ ਤਾਂ ਦੇ ਸਕਦੇ ਹਾਂ। ਭਾਈ ਨਾਲ ਹੋ ਜਾਓ, ਬਸਤੀ ਵਾਲਾ ਮੋੜ ਨਹੀਂ ਚੜ ਰਿਹਾ ਪਤਾ ਨਹੀਂ ਕੀ।